अल्लाह पाक ने खड़ी कर दी। ये अल्लाह पाक का निजाम। ओ परले पासे देखो दुहाड़ा जेड़ा है वो तो पक्या पे है, पक्या पे है। होर 15 दिन अल्लाह खैर करे वाडियां पईयां लवो। ओ दुहाड़ा जेड़ा है वो पक्या है, बिल्कुल ही ओके। हां ओ अल्लाह अकबर अल्लाह अकबर। राणा साहब वैसे मैनू ना तुहाडे ते इक इतराज़ है। की तुसी किहनूं पुछ के खून देण गए राती? मैं आहो माड़ी गल नहीं, माड़ी गल का माड़ी गल तो ये मुराद है कि बच्चे है तुहानूं पता सर्कट है बंदे ने बहना खलोना उठना इहदे नाल कुछ नहीं हुंदा। नहीं हुंदा कुछ नहीं है ओ यार इहदे नाल। मैं ना पहली बोतल जदों दित्ती सी ना ते मैं 15 सालां दा सीगा। अच्छा जी। जदों पहली बोतल दित्ती हुण तक अल्लाह दी रहमत ना अल्लाह दे फजल ना कोई मेरा ख्याल है कि 150 दे करीब बोतलां दित्तियां ने ਕਿਸੇ ਦੀ ਇਤੋਂ ਕੋਈ ਨਹੀਂ ਨਹੀਂ ਆਪਣੀਆਂ ਆਪਣੀਆਂ ਯਕਦਮ ਕਿੱਦਾਂ ਦੇ ਉਹ ਯਾਰ ਰੱਬ ਪੈਦਾ ਕਰਦਾ ਆ ਰੱਬ ਇਹਦੇ ਵਿੱਚ ਤੁਸੀਂ ਇੱਕ ਬੋਤਲ ਕੱਢੋ ਤੇ ਇਹਨੇ ਗੜੀਰਾ ਲੈ ਕੇ ਨਿਕਲ ਆਉਣਾ ਬਾਹਰ ਉਹ ਨਹੀਂ ਨਹੀਂ ਕੁਝ ਵੀ ਨਹੀਂ ਹੁੰਦਾ ਤਸਲੀਮ ਸਾਹਿਬ ਦੇ ਜੀ ਇੱਕ ਵਾਰੀ ਸੱਟ ਲੱਗ ਗਈ ਕਿਹਦੇ ਜੀ ਤਸਲੀਮ ਸਾਹਿਬ ਦੇ ਅੱਛਾ ਜੀ ਉਂਗਲ ਤੇ ਅੱਛਾ ਜੋ ਉਂਗਲੀ ਚੂਪਣੀ ਸ਼ੁਰੂ ਹੋਏ ਆ ਅੱਛਾ ਉਹ ਮੈਂ ਕਿਹਾ ਤਸਲੀਮ ਸਾਹਿਬ ਇਹ ਕੁਛ ਨਹੀਂ ਹੁੰਦਾ ਖੂਨ ਮਾੜਾ ਜਿਹਾ ਰੁਲ ਜਾਵੇ ਇਹ ਵੀ ਸਦਕਾ ਹੁੰਦਾ ਜ਼ਕਾਤ ਹੁੰਦੀ ਨਿਕਲਣਾ ਚਾਹੀਦਾ ਜੀ ਹਾਂਜੀ ਤੇ ਭਾਈ ਉਹਨਾਂ ਨੇ ਉਂਗਲ ਇੰਜ ਚੂਸੀ ਆ ਉਂਗਲ ਛੋਟੀ ਹੋ ਗਈ ਹੈ ਅੱਛਾ ਹਾਂਜੀ ਵਾਹ 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 ਮੈਂ ਨਾ ਵਾਹ ਵਾਹ ਕੋਈ 25 ਸਾਲਾਂ ਦੀ ਗੱਲ ਆ ਕਚਹਿਰੀ ਬਾਜ਼ਾਰ ਨਾ ਬੂਟ ਲੈਣ ਗਿਆ ਅੱਛਾ ਜੀ ਬੂਟ ਲੈਣ ਗਿਆ ਤੇ ਮੈਂ ਨਾ ਹੁਣ ਉੱਥੇ ਬੂਟ ਲੈਣ ਡਿਆ ਤੇ ਉਹ ਮੈਂ ਬੂਟ ਪਾ ਪਾ ਕੇ ਚੈੱਕ ਕਰਨ ਡਿਆ ਹਾਂਜੀ ਅੱਛਾ ਨਾ ਘੰਟਾ ਘਰ ਐਲਾਨ ਹੋਇਆ ਅੱਛਾ ਜੀ ਕਿ ਜੀ ਇੱਕ ਮਰੀਜ਼ ਨੂੰ ਨਾ ਏਬੀ ਪੋਜ਼ਿਟਿਵ ਖੂਨ ਦੀ ਅਸ਼ਦ ਜ਼ਰੂਰਤ ਹੈ ਉਹ ਮੇਰਾ ਆ ਤੁਹਾਡਾ ਵੀ ਮੇਰਾ ਵੀ ਏਬੀ ਪੋਜ਼ਿਟਿਵ ਕਿਸੇ ਨੂੰ ਨਹੀਂ ਦੱਸਣਾ ਨਹੀਂ ਕਿਸੇ ਨੇ ਦੱਸਦਾ ਤੁਹਾਡੀ ਮਿਹਰਬਾਨੀ ਅੱਛਾ ਮੁਜਾਹ ਸਾਹਿਬ ਹੋਇਆ ਇਹ ਕੱਲਾ ਹੀ ਦੇਈ ਜਾਓ 150 ਕਿ ਨਾ ਉਹ ਇੱਕ ਵਾਰੀ ਐਲਾਨ ਹੋਇਆ ਖੂਨ ਦਾ ਲੱਡਾ ਲਾਇਆ ਹੁੰਦਾ ਇੰਨਾ ਖੂਨ ਇੱਕ ਵਾਰੀ ਐਲਾਨ ਹੋਇਆ ਮੈਂ ਸੁਣ ਲਿਆ ਠੀਕ ਹੈ ਅੱਛਾ ਉਹ ਦੂਸਰੀ ਵਾਰੀ ਐਲਾਨ ਹੋਇਆ ਤੇ ਮੈਂ ਥੋੜੇ ਜਿਹੇ ਕੰਨ ਚੁੱਕੇ ਠੀਕ ਹੈ ਅੱਛਾ ਉਹ ਜਿਹੜੇ ਤੀਸਰੀ ਵਾਰੀ 2-4 ਮਿੰਟਾਂ ਬਾਅਦ 5 ਮਿੰਟਾਂ ਬਾਅਦ ਐਲਾਨ ਹੋਇਆ ਨਾ ਮੈਂ ਕਿਹਾ ਯਾਰ ਮੇਰੇ ਦਿਲ ਨੇ ਕਿਹਾ ਹਾਂਜੀ ਮੈਂ ਕਿਹਾ ਜੇ ਤਾਂ ਇੰਨੀ ਖਲਕਤ ਘੰਟਾ ਘਰ ਤੁਰੀ ਫਿਰਦੀ ਹੈ ਜੇ ਤਾਂ ਐਲਾਨ ਹੁੰਦਾ ਨਾ ਇਹ ਕਿਸੇ ਵਾਸਤੇ ਤੇ ਪਹਿਲੇ ਐਲਾਨ ਤੇ ਕੋਈ ਚਲੇ ਜਾਂਦਾ ਵਾਹ ਵਾਹ ਜੇ ਹੁੰਦਾ ਇਹ ਕਿਸੇ ਵਾਸਤੇ ਤਾਂ ਦੂਜੇ ਐਲਾਨ ਤੇ ਕੋਈ ਚਲੇ ਜਾਂਦਾ ਮੈਂ ਕਿਹਾ ਰਾਣਾ ਸਾਹਿਬ ਇਹ ਹੁਣ ਡਿਆ ਅਸਲ ਚ ਐਲਾਨ ਤੁਹਾਡੇ ਵਾਸਤੇ ਅੱਛਾ ਜਿਲੇ ਮੈਂ ਉੱਥੇ ਘੰਟਾ ਘਰ ਗਿਆ ਜੰਗਲੇ ਦੇ ਵਿੱਚ ਇੰਜ ਕਰਕੇ ਉੱਥੇ ਮੈਂ ਅੰਦਰ ਵੜਿਆ ਤੇ ਇੱਕ ਬੱਚੀ ਕੋਈ 10 ਸਾਲ ਦੀ ਤੇ ਨਾਲ ਉਹਦੇ ਬੱਚਾ ਕੋਈ 6 ਸਾਲ ਦਾ ਤੇ ਬੱਚਾ ਉਹ ਜਿਹਦੇ ਪੈਰਾਂ 'ਚ ਜੁੱਤੀ ਵੀ ਹੈ ਨਾ ਤੇ ਮੈਂ ਉਹਨਾਂ ਨੂੰ ਜਾ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਹਾਨੂੰ ਨਾ ਉਹਨਾਂ ਦਾ ਇੱਥੇ ਕੋਈ ਮਾਮਲਾ ਨਹੀਂ ਸੀਗਾ ਰਿਸ਼ਤੇਦਾਰੀ ਦਾ ਠੀਕ ਹੈ ਅੱਬੂ ਉਹਨਾਂ ਦਾ ਨਾ ਕੋਈ ਸਿਲਾਈ ਕਢਾਈ ਦਾ ਕੰਮ ਕਰਦਾ ਸੀ ਤੇ ਉਹ ਕਰਾਚੀ ਕੰਮ ਕਰਨ ਗਿਆ ਸੀ ਤੇ ਡਿਲੀਵਰੀ ਕੇਸ ਸੀਗਾ ਉੱਥੇ ਫਿਰ ਕਿਸੇ ਅਲਾਈਡ ਦੇ ਹਸਪੀਟਲ 'ਚ ਡਾਕਟਰਾਂ ਨੇ ਉਹਨਾਂ ਨੂੰ ਕਿਸੇ ਨੇ ਦੱਸਿਆ ਸੀਗਾ ਬੱਚਿਆਂ ਨੂੰ ਕਿ ਤੁਸੀਂ ਘੰਟਾ ਘਰ ਜਾ ਕੇ ਨਾ ਇਦਾਂ ਇਦਾਂ ਐਲਾਨ ਕਰਾ ਦਿਓ ਤੇ ਕੋਈ ਵੀ ਅੱਲਾ ਦਾ ਬੰਦਾ ਹੈ ਕੋਈ ਵੀ ਰੱਬ ਦਾ ਜੀ ਉਦੋਂ ਮਤਲਬ ਕਿ ਮੋਟਰਸਾਈਕਲ ਕੀ ਸਾਈਕਲ ਵੀ ਨਹੀਂ ਸੀ ਮੇਰੇ ਕੋਲ ਅੱਛਾ ਜੀ ਉੱਥੋਂ ਜਨਾਬ ਵੈਗਨਾਂ ਵੂਗਨਾਂ ਤੇ ਬਹਿ ਕੇ ਉੱਥੇ ਗਏ ਮਤਲਬ ਕਿ ਉੱਥੇ ਬਲੱਡ ਦਿੱਤਾ ਉਹ ਇਹਦੇ ਨਾਲ ਇਹ ਜਿਹਦੇ ਵਾਸਤੇ ਜਿਹਦੇ ਰਾਹੀਂ ਤੁਸੀਂ ਜਿਹਦੀ ਰਾਹ 'ਚ ਤੁਸੀਂ ਦਿੰਦੇ ਆ ਨਾ ਉਹ ਭਾਈ ਜਾਨ ਲੜਫੇ ਲਾਉਂਦਾ ਆ ਦੇਖ ਲਓ ਅੱਲਾ ਦੇ ਹੁਕਮ ਨਾਲੋਂ ਤੁਸੀਂ ਕਦੀ ਨਹੀਂ ਦਿੱਤਾ ਤੇ ਮੈਂ ਤੁਸੀਂ ਦਿੱਤਾ ਇਤਕਾਈ ਤੱਕ ਬਲੱਡ ਦਿੱਤਾ ਕਿਹਨੂੰ ਪਹਿਲੀ ਗੱਲ ਤਾਂ ਇਹ ਕਿ ਮੈਂ ਇਸ ਚੀਜ਼ ਨੂੰ ਅੱਛਾ ਨਹੀਂ ਸਮਝਦਾ ਖੂਨ ਦੇਣ ਨੂੰ ਹਾਂ ਅੱਛਾ ਅੱਛਾ ਵਾਕਿਆ ਇਹ ਹੋਇਆ ਕਿ ਰਾਣਾ ਸਾਹਿਬ ਮੈਨੂੰ ਨਾ ਸਾਡੇ ਕੁ ਮੁੱਲੇ ਹਾਜੀ ਸਾਹਿਬ ਸੀ ਅੱਛਾ ਤੇ ਉਹਨਾਂ ਦੀ ਬੋਲੀ ਹੁੰਦੀ ਸੀ ਔਰ ਜਨਾਬੇ ਵਾਲਾ ਮੈਂ ਜਦ ਤੁਹਾਨੂੰ ਤੁਸੀਂ ਦੱਸੋ ਕੋਈ ਗੱਲ ਹੈ ਭਲਾ ਏਡਾ ਫਾਸਟ ਬੰਦਾ ਉਹਨੇ ਨਾ ਮੈਨੂੰ ਮਨਾ ਲਿਆ ਉਹਨੇ ਮੇਰੇ ਤੇ ਆ ਕੇ ਇੰਜ ਦਾ ਵਜ਼ਨ ਪਾ ਦਿੱਤਾ ਯਕਦਮ ਖੂਨ ਦੇਣ ਤੇ ਮਨਾ ਲਿਆ ਸਿਰਫ ਇੰਨਾ ਹੀ ਕਿਹਾ ਉਹਨਾਂ ਨੂੰ ਕਿ ਸੁਣਾਓ ਮੈਂ ਤਾਂ ਬੱਚੀ ਵੀ ਨਹੀਂ ਵੇਖੀ ਜਿਹਨੂੰ ਖੂਨ ਚਾਹੀਦਾ ਸੀ ਤੇ ਉਹ ਆ ਕੇ ਨਾ ਮੈਨੂੰ ਕਹਿੰਦਾ ਔਰ ਜਨਾਬੇ ਵਾਲਾ ਵੇਖੋ ਬੱਚੀ ਮੇਰੀ ਹੈ ਸਿਰਫ ਖੂਨ ਦੀ ਜ਼ਰੂਰਤ ਹੈ ਅਗਰ ਖੂਨ ਨਾ ਹੋ ਸਕਿਆ ਹੋ ਸਕਦਾ ਬੱਚੀ ਮੈਨੂੰ ਧੋਖਾ ਦੇ ਜਾਵੇ ਅੱਜ ਇੱਕ ਜ਼ਿੰਦਗੀ ਦਾ ਸਵਾਲ ਹੈ ਅੱਛਾ ਤੇ ਮੈਂ ਵੀ ਉਹਦੇ ਨਾਲ ਫੁੱਲ ਮਦਾਰੀਆਂ ਵਾਲਾ ਕੰਮ ਮੈਂ ਵੀ ਉਂਝਦਾ ਹੋ ਗਿਆ ਇਮੋਸ਼ਨਲ ਆਹੋ ਕਰਦੇ ਤੇ ਇਸ ਵਾਸਤੇ ਤੇ ਜਦੋਂ ਅੱਲਾ ਨੇ ਇਸ ਧਰਤੀ ਤੇ ਜਿਹੜੇ ਜਵਾਨ ਪੈਦਾ ਕੀਤੇ ਹੋਣ ਤੇ ਫਿਰ ਸਾਨੂੰ ਕਿਹੜੀ ਜ਼ਰੂਰਤ ਆ ਤੁਹਾਡਾ ਜ਼ਮੀਰ ਹਲਾਇਆ ਤੇ ਮੈਂ ਹੁਣ ਰਿਐਕਟ ਕੀਤਾ ਮੈਂ ਕਿਹਾ ਇਹ ਤਾਂ ਬਿਲਕੁਲ ਹੀ ਮੇਰੇ ਅੱਲਾ ਰਾਣਾ ਸਾਹਿਬ ਗੱਲ ਸੁਣਨ ਵਾਲੀ ਸੱਚੀ ਹੈ ਖੁਦਾ ਭਾਗ ਦੀ ਕਿਸਮ ਮੈਂ ਹੁਣ ਸੋਚਿਆ ਤੇ ਮੈਨੂੰ ਕਿਹਾ ਮੈਂ ਕਿਹਾ ਗੱਲ ਤਾਂ ਸਹੀ ਹੈ ਤੇ ਜਦੋਂ ਰੱਬ ਦੇਖੋ ਨਿਕਲਿਆ ਬਾਹਰ ਜਨਾਬ ਵਾਲੇ ਤੁਸੀਂ ਮੱਥੇ ਲੱਗ ਗਏ ਔਰ ਮੈਂ ਤੁਹਾਨੂੰ ਵੇਖਿਆ ਮੈਂ ਕਿਹਾ ਰੱਬ ਹੀ ਆ ਇਹਦੇ ਵਿੱਚ ਰੱਬ ਆ
ਜਦੋਂ ਆ ਜੋ ਗਿਆ ਨਜ਼ਰ ਵੀ ਠੀਕ ਨਹੀਂ ਮੈਂ ਦੁਆ ਕੀਤੀ ਵੀ ਮਾਲਕ ਨੂੰ ਭੇਜ ਤੇ ਆ ਗਿਆ ਹਾਂ ਤੇ ਜਨਾਬ ਲੈ ਆਓ ਪੱਕਾ ਕਰਤਾ ਕੰਮ ਹਾਂ ਹੁਣ ਮੈਂ ਰਾਣਾ ਸਾਹਿਬ ਨਾ ਨਾ ਕਰਨ ਜੋਗਾ ਹਾਂ ਫਸ ਗਿਆ ਕਿੱਡਾ ਹੀ ਵੱਡਾ ਮੈਂ ਭਾਈ ਮੈਨੂੰ ਕਹਵਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਠੀਕ ਹੈ ਮੈਂ ਕਿਹਾ ਗੱਲ ਪਤਾ ਕੀ ਹੈ ਤੁਹਾਨੂੰ ਕਿਹੜਾ ਚਾਹੀਦਾ ਹੈ ਹਾਂ ਹਾਂ ਸਾਨੂੰ ਚਾਹੀਦਾ ਜਨਾਬ ਉਹ ਹੈਗਾ ਇਹ ਪੋਜ਼ਿਟਿਵ ਹਾਂ ਸਾਨੂੰ ਇਹ ਚਾਹੀਦਾ ਹਾਂ ਤੇ ਮੈਂ ਕਿਹਾ ਮੇਰਾ ਤਾਂ ਇਹ ਹੈ ਹੀ ਨਹੀਂ ਹਾਂ ਨਹੀਂ ਮੈਨੂੰ ਪਤਾ ਮੇਰਾ ਇਹ ਵੀ ਹੈ ਮੈਂ ਕਿਹਾ ਦੇਖ ਲੈਂਦੇ ਭਾਈ ਜਾ ਕੇ ਹਾਂ ਤੇ ਮੈਨੂੰ ਤਾਂ ਪਤਾ ਸੀ ਇਹ ਨਹੀਂ ਰਲਣਾ ਠੀਕ ਹੈ ਉਹ ਰਾਣਾ ਸਾਹਿਬ ਉੱਥੇ ਕੇ ਚਲ ਗਏ ਹੁਣ ਜਦੋਂ ਜਾ ਕੇ ਉਹਨਾਂ ਨੇ ਪਾਲਿਆ ਜੂਸ ਫੜ ਲਿਆ ਹੈ ਔਰ ਜਨਾਬੇ ਵਾਲਾ ਤੇ ਉਹ ਮੈਨੂੰ ਉੱਥੇ ਲੈ ਗਏ ਜਿੱਥੇ ਸੂਈ ਜੀ ਮਾਰ ਰਹੀ ਸੀ ਨਾ ਹਾਂ ਟੈਸਟ ਕਰਦੇ ਆਹੋ ਹਾਂ ਤੇ ਪਹਿਲੀ ਦਫਾ ਜ਼ਿੰਦਗੀ 'ਚ ਇਹ ਵਾਕਿਆ ਹੋਇਆ ਤੇ ਮੈਂ ਨਾ ਹੁਣ ਜਾ ਕੇ ਚਲ ਗਿਆ ਅੱਛਾ ਤੇ ਡਾਕਟਰ ਉਹਦੇ ਕਹਿੰਦਾ ਬਿਠਾਓ ਇਹਨੂੰ ਤੇ ਮੈਂ ਬਹਿ ਗਿਆ ਤੇ ਉਹਨੇ ਮੇਰੇ ਜੂਸ ਦਾ ਡੱਬਾ ਲਿਆ ਕੇ ਦੇ ਦਿੱਤਾ ਮੇਰੇ ਜੂਸ ਕਿੱਥੇ ਲੰਘੇ ਆ ਕੇ ਇੱਥੇ ਤੇ ਸੂਈ ਲੰਘਣੀ ਹੈ ਆਹੋ ਜੂਸ ਨਾ ਲੰਘੇ ਵੀ ਮੈਂ ਤਾਂ ਆਪ ਹੀ ਲੈਣਾ 15 ਰੁਪਈਆਂ ਦਾ ਲੈ ਕੇ ਡੱਬਾ ਜਿਹੜਾ ਉਹ ਲੈ ਗਿਆ ਜਦ ਤੂੰ ਮਹਿੰਗਾ ਲੈ ਗਿਆ ਉਹ ਮੈਂ ਡੱਬਾ ਜਿਹਾ ਮੂੰਹ ਨੂੰ ਲਾਇਆ ਡੱਬਾ ਵੀ ਜਲਦੀ ਮੁੱਕ ਗਿਆ ਹੁਣ ਉਹ ਆ ਗਿਆ ਡਾਕਟਰ ਤੇ ਮੈਂ ਡਾਕਟਰ ਹੁਣ ਕਿਹਾ ਮੈਂ ਕਿਹਾ ਕੋਸ਼ਿਸ਼ ਕਰੀਓ ਵੀ ਇਹਨਾਂ ਨੂੰ ਕਹੀਓ ਇਹ ਨਹੀਂ ਰਲਿਆ ਕਹਿਤਾ ਆਹੋ ਅੱਛਾ ਹੁਣ ਕੀ ਹੋਇਆ ਕਿ ਸਭ ਉਹਨੇ ਸੂਈ ਮਾਰੀ ਉਹ ਕਹਿੰਦਾ ਇਹ ਪੋਜ਼ਿਟਿਵ ਚਾਹੀਦਾ ਲੇਕਿਨ ਇਹ ਵੀ ਮਿਕਸ ਵੀ ਲੱਗ ਜਾਏਗਾ ਅੱਛਾ ਉਹ ਜਿਹੜਾ ਏ ਬੀ ਪੋਜ਼ਿਟਿਵ ਵਾਲਾ ਬੰਦਾ ਹੁੰਦਾ ਨਾ ਮੇਰਾ ਖਿਆਲ ਹੈ ਕਿ ਉਹ ਮੈਂ ਸੁਣਿਆ ਸੀਗਾ ਕਿ ਉਹਨੂੰ ਅਗਰ ਤੁਸੀਂ ਉਹਨੂੰ ਮਤਲਬ ਕਿ ਏ ਅਗਰ ਲੱਗਣਾ ਹੈ ਸਟਾਰਟ ਕਰਾਉਣਾ ਤਾਂ ਫਿਰ ਸਾਰਾ ਏ ਹੀ ਲਾ ਦਿਓ ਅਗਰ ਉਹਨੂੰ ਬੀ ਲਾਉਣਾ ਤਾਂ ਫਿਰ ਸਾਰਾ ਬੀ ਲਾ ਦਿਓ ਕੋਈ ਇਸ ਤਰ੍ਹਾਂ ਹਾਂ ਕੋਈ ਹੈ ਸਹੀ ਕੋਈ ਇਦਾਂ ਉਹ ਕਹਿੰਦਾ ਅੱਛਾ ਇਹਨਾਂ ਦਾ ਤੇ ਏ ਬੀ ਤੇ ਬੀ ਏ ਪੋਜ਼ਿਟਿਵ ਕੱਲਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਨਾਬ ਵਾਲਾ ਹਾਂ ਅਗਰ ਇੰਜ ਹੋ ਜਾਵੇ ਹਾਂ ਕਿ ਇਹਨਾਂ ਦੀਆਂ ਦੋ ਬੋਤਲਾਂ ਲੈ ਲਓ ਹਾਂ ਠੀਕ ਹੈ ਅੱਛਾ ਤੇ ਮੇਰਾ ਦਿਲ ਇੰਜ ਕਰਕੇ ਮੈਂ ਵੇਖਿਆ ਹਾਜੀ ਨੂੰ ਮੈਂ ਕਿਹਾ ਤੂੰ ਦੁਕਾਨ ਤੋਂ ਲੈਣ ਲਿਆ ਹਾਜੀ ਭਾਈ ਇਹ ਬੰਦਾ ਆਇਆ ਇਹਦੇ ਵਿੱਚੋਂ ਨਿਕਲਣਾ ਹਾਜੀ ਸਾਹਿਬ ਮੌਤ ਦਾ ਫਰਿਸ਼ਤਾ ਰਲ ਨਹੀਂ ਲਿਆ ਹਾਂ ਠੀਕ ਹੈ ਨਹੀਂ 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 ਪਤਾ ਕੀ ਗੱਲ ਆ ਉਹ ਇਹ ਤੁਹਾਨੂੰ ਪਤਾ ਹੀ ਨਹੀਂ ਹੈ ਇਹ ਜਿੰਨਾ ਤੁਸੀਂ ਖੂਨ ਦੇਣਾ ਨਾ ਉਹਨਾਂ ਫਰੈਸ਼ ਆਉਣਾ ਵਾਹ ਵਾਹ ਇਧਰੋਂ ਖੂਨ ਦਿੱਤਾ ਉਧਰੋਂ ਖੂਨ ਅੰਦਰ ਆ ਜਾਣਾ ਮੈਂ ਕਿਹੜਾ ਕਿਹੜਾ ਕੈਨ ਭਰ ਕੇ ਰੱਖਿਆ ਕਿਸੇ ਨੇ ਵੀ ਮੇਰੇ ਮੂੰਹ 'ਚ ਪਾਉਣਾ ਤਾਂ ਸਾਰਾ ਅੰਦਰ ਚਲੇ ਜਾਣਾ ਇਹ ਬਣਾਉਣਾ ਪੈਣਾ ਹਾਜੀ ਸਾਹਿਬ ਨਹੀਂ 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 ਆਓ ਤੁਹਾਨੂੰ ਮਰੀਜ਼ ਦਿਖਾਈਏ ਓਏ ਓਏ ਰਾਣਾ ਸਾਹਿਬ ਮਰੀਜ਼ ਦਿਖਾਇਆ ਜਦੋਂ ਮੈਂ ਕਰਕੇ ਗਿਆ ਨਾ ਤੇ ਮਰੀਜ਼ ਨੇ ਨਾ ਕਿੰਨੇ ਕੁ ਸਾਲ ਉਮਰ ਹੋਏਗੀ ਕੋਈ 20-25 ਸਾਲ ਮੇਲ ਫੀਮੇਲ ਫੀਮੇਲ ਅੱਛਾ ਠੀਕ ਹੋ ਗਿਆ ਲਿਪਸਟਿਕ ਲਾਈ ਉਹਨੇ ਮੈਂ ਸੁਭਾਨ ਮੈਂ ਕਹਿੰਦਾ ਕਿ ਵੀ ਕੀ ਸਟਾਰ ਹੁੰਦੇ ਮੈਂ ਕਹਿੰਦਾ ਸਦਕੇ ਜਾਵਾਂ ਤੇ ਇੰਜ ਕਰਕੇ ਉਹ ਬੈਠੀ ਤੇ ਮੈਂ ਇੰਜ ਵੇਖਿਆ ਆਹਾ ਹਾ ਉਹਨੇ ਮੈਨੂੰ ਵੇਖਿਆ ਕਹਿੰਦੀ ਤੇ ਬਹੁਤ ਥੈਂਕ ਯੂ ਮਿਹਰਬਾਨੀ ਆਪ ਮੁਝੇ ਇਹ ਬੜੀ ਬਾਤ ਹੈ ਹਾਂ ਮੈਂ ਇੰਜ ਵੇਖਿਆ ਮੈਂ ਕਿਹਾ ਇਹਨੂੰ ਮੈਂ ਖੂਨ ਦੇਣਾ ਆ ਤੇ ਮੇਰੀ ਤਾਂ ਨੇਕੀ ਦਰਖਤ ਤੱਕ ਨਹੀਂ ਪਹੁੰਚਣੀ ਉੱਤੇ ਜਾਣੀ ਤਾਂ ਬਹੁਤ ਦੂਰ ਦੀ ਗੱਲ ਕਿਉਂਕਿ ਜਿਸ ਹਿਸਾਬ ਨਾਲ ਖੂਨ ਮੰਗਣ ਡਈ ਮੇਰੇ ਕੋਲ ਝੂਠੇ ਤੇ ਰੱਬ ਦੀ ਲਾਣਤ ਮੈਂ ਤੁਹਾਨੂੰ ਸੱਚੀ ਗੱਲ ਸੁਣਾ ਮੈਂ ਹਾਜੀ ਸਾਹਿਬ ਉੱਥੋਂ ਨਾ ਰਾਣਾ ਸਾਹਿਬ ਜਦੋਂ ਮਰੀਜ਼ ਨੂੰ ਵੇਖਿਆ ਮੈਂ ਕਿਹਾ ਨਹੀਂ ਐਸੀ ਕਿਹੜੀ ਗੱਲ ਤੁਹਾਡੀ ਜ਼ਿੰਦਗੀ ਬਚਣੀ ਚਾਹੀਦੀ ਹਾਂਜੀ ਹਾਂਜੀ ਥੈਂਕ ਯੂ ਮੈਂ ਤੁਹਾਨੂੰ ਇਹ ਆਸਾਨ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਮੈਂ ਕਰਾਂਗਾ ਤੇ ਤੂੰ ਅੱਖੇ ਹੀ ਦੇ ਲਓ ਜੀ ਕੀ ਹੋਇਆ ਜਦੋਂ ਮੈਂ ਵੇਖਿਆ ਨਾ ਹੁੰਦਾ ਨਾ ਕੋਈ ਐਸਾ ਤੇ ਸ਼ਾਇਦ ਮੈਂ ਕਹਿ ਦਿੰਦਾ ਕਿ ਯਾਰ ਮੇਰਾ ਇੱਥੇ ਬਣਦਾ ਮੈਂ ਉਹਨਾਂ ਨੂੰ ਹਾਜੀ ਸਾਹਿਬ ਨੂੰ ਇੰਨਾ ਹੀ ਕਿਹਾ ਮੈਂ ਕਿਹਾ ਹਾਜੀ ਸਾਹਿਬ ਇੱਥੇ ਬੈਠੋ ਮੈਂ ਕਰਕੇ ਆਇਆ ਬਸ ਆ ਹੁਣੀ ਓਏ ਹੋਏ ਹੋਏ ਤੇ ਕੰਨਾਂ ਸੀ ਉਹਦੀਆਂ ਕਿਤੇ ਹਸਪਤਾਲ ਦੀਆਂ ਛੋਟੀ ਛੋਟੀ ਤੇ ਮੈਂ ਨਾਲਾ ਹੱਥ 'ਚ ਫੜਿਆ ਤੇ ਮੈਂ ਦੱਸਿਆ ਕਿ ਮੈਨੂੰ ਵਾਸ਼ਰੂਮ ਆਇਆ ਤੇ ਮੈਂ ਨਾਲਾ ਜਿਹੜਾ ਨਾ ਹੱਥ 'ਚ ਫੜ ਕੇ ਤੇ ਕੰਧ ਜਿਹੜੀ ਛੋਟੀ ਟੱਪੀ ਹੈ ਨਾ ਇੱਦਾਂ ਦੀ ਮੈਨੂੰ ਮੇਰੇ ਘਰ ਤੱਕ ਇੰਜ ਲੱਗਾ ਹਾਜੀ ਮੇਰੇ ਪਿੱਛੇ ਉਹ ਨਾਲਾ ਅੱਛੀ ਹੈ ਯਾਰ ਇੰਜ ਲੱਗਾ ਵੀ ਹਾਜੀ ਮੇਰੇ ਪਿੱਛੇ ਮੈਨੂੰ ਹਰ ਬੰਦਾ ਹੀ ਇਹ ਲੱਗੇ ਵੀ ਪਰੇ ਹੋ ਜਾ ਵੀ ਆ ਗਿਆ ਵਾਹ 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 ਮੈਂ ਆਇਆ ਘਰ ਘਰ ਆ ਕੇ ਇਹਨਾਂ ਤੇ ਮੈਂ ਸੁੱਖ ਦਾ ਸਾਹ ਲਿਆ ਮੈਂ ਕਿਹਾ ਮਰੀਜ਼ ਮੇਰੇ ਨਾਲ ਹੁਣੀ ਇੰਗਲਿਸ਼ ਬੋਲ ਰਿਹਾ ਆ ਲਓ ਜੀ ਤਸਲੀਮ ਸਾਹਿਬ ਗੱਲ ਇਹ ਹੈ ਕਿ ਤੁਹਾਡਾ ਹੈਗਾ ਏ ਬੀ ਪੋਜ਼ਿਟਿਵ ਨਹੀਂ ਮੈਂ ਅਗਲਾ ਵੀ ਤੁਹਾਨੂੰ ਗੱਲ ਅੱਛਾ ਇਹ ਨਹੀਂ ਮੈਂ ਦਿੱਤਾ ਰਹਾਂ ਸਰ ਠੀਕ ਹੈ ਮੈਂ ਆ ਗਿਆ ਇੱਕ ਜਗ੍ਹਾ ਤੇ ਮੈਂ ਗਿਆ ਸਿਵਲ ਹਸਪਤਾਲ ਮੇਰਾ ਦੋਸਤ ਸੀ ਲਗੋਟੀਆ ਉਹਦੀ ਬੇਗਮ ਨੂੰ ਡਿਲੀਵਰੀ ਸੀ ਉਹ ਮੈਂ ਵੇਖਿਆ ਤੂੰ ਮੇਰੇ ਸਾਹਮਣੇ ਰੋ ਪਿਆ ਓਏ ਹੋਏ ਹੋਏ ਰੋ ਪਿਆ ਬੇਬਸ ਹੋ ਗਿਆ ਤੇ ਬੇਗਮ ਵੀ ਉਹਦੀ ਬੜੀ ਸੀਰੀਅਸ ਮੈਂ ਕਿਹਾ ਯਾਰ ਗੱਲ ਸੁਣ ਪਹਿਲਾਂ ਬਾਅਦ 'ਚ ਦੂਸਰਾ ਲੱਭੀ ਜਦੋਂ ਮਾਲਕ ਹੋ ਪਾਉਂਦਾ ਨਾ ਉਦੋਂ ਫਿਰ ਬੰਦਾ ਜਿੱਡਾ ਵੀ ਜ਼ਾਲਮ ਹੋਵੇ ਰਹਿਮ ਦਿਲ ਵੀ ਹੋ ਜਾਂਦਾ ਇਦਾਂ ਹੀ ਇਦਾਂ ਹੀ ਮੈਂ ਰਾਣਾ ਸਾਹਿਬ ਜਦੋਂ ਚੈੱਕ ਕਰਾਇਆ ਮੇਰਾ ਰਲ ਗਿਆ ਖੁਦਾ ਦੀ ਕਿਸਮ ਮੈਂ ਬੋਤਲ ਦਿੱਤੀ ਕਿੰਨੀਆਂ ਜ਼ਿੰਦਗੀ ਦਿੱਤੀਆਂ ਨਹੀਂ ਕਿੰਨੀਆਂ ਨਹੀਂ ਮਤਲਬ ਇੱਕ ਦਿੱਤੀ ਹੈ ਦੋ ਦਿੱਤੀਆਂ ਦੋ ਦਿੱਤੀਆਂ ਦੋ
लो जी जिहड़े ब्लड डोनेशन वाले मुंडे ने अल्लाह पाक उन्हां नूं सेहत तंदुरुस्ती देवे ओह जिहड़े रल के बच्चे कोशिश करदे आ उन्हां ने ग्रुप बनाए किसे नूं ब्लड दी लोड़ होवे उत्थे तस्लीम साहब दा नंबर भर्ती कराओ अल्लाह खैर ਤੁਸੀਂ ਹਰ 3 ਮਹੀਨੇ ਬਾਅਦ ਖੂਨ ਦੇਣਾ ਹੈ ਇਹ ਤਸਲੀਮ ਸਾਹਿਬ ਵਰਗੇ ਬੰਦੇ ਖੂਨ ਦੇ ਕੇ ਨਾ ਸਵੇਰੇ ਸਵੇਰੇ ਅੱਗੇ ਪੁੱਛਣਾ ਉੱਠਣਾ 2 ਵਜੇ 3 ਵਜੇ ਦੁਪਹਿਰ ਨੂੰ ਜਿੱਦਣ ਖੂਨ ਦੇਣਾ ਵਾ ਉਦਣ ਸਵਖਤ ਇੱਕ ਸਾਈ ਦੀ ਦੁਕਾਨ ਤੇ ਪਹੁੰਚੇ ਹੁੰਦੇ ਆ ਕੱਟੇ ਨੂੰ ਛੁਰੀ ਕਦੋਂ ਫੇਰਨੀ ਮੈਂ 2 ਗਲਾਸ ਪੀਣੇ ਆ ਤੇ ਅਗਲੇ ਕਹਿੰਦੇ ਜਵਾਨ ਤਾਂ ਹੋ ਲੈਂਦੇ ਧਰ ਫੇਰੀ ਆਈ ਤੇ ਛੁੱਟ ਗਿਆ ਹਜੇ ਤਾਂ ਗਿੱਠਾ ਕੱਟਾ ਹੈ ਹਜੇ ਤਾਂ ਗਿੱਠਾ ਕੱਟਾ ਹੈ ਤਸਲੀਮ ਸਾਹਿਬ ਕੁਛ ਵੀ ਨਹੀਂ ਹੁੰਦਾ ਹਾਂ ਨਹੀਂ ਕੁਛ ਨਹੀਂ ਹੁੰਦਾ ਕੈਸੀ ਲੈ ਨਕਸ਼ੇ ਦੀ ਗੰਢ ਬੰਨੀ ਹੈ ਕੀ ਪਾਇਆ ਹੈ ਉਹਨਾਂ ਨੂੰ 2 ਬੋਤਲਾਂ ਦੇ ਕੇ ਤੁਹਾਡੀ ਕੈਸੀ ਗੰਢ ਬੰਨੀ ਹੈ ਦੇਈਦਾ ਹੁੰਦਾ ਖੂਨ ਨਾਲ ਖਾ ਦੇ ਇਹਨਾਂ ਦਾ ਚੇਦੇ ਬਾਦ ਵੀ ਬਹੁਤ ਨਹੀਂ ਨਹੀਂ ਚੇਦੇ ਚੇਦੇ ਇਦਾਂ ਦਾ ਕੰਮ ਕੋ ਕਰੀਓ ਨਾ ਤੁਹਾਡੀ ਮਿਹਰਬਾਨੀ ਮੈਂ ਦੁਬਾਰਾ ਮਿਲਣਾ ਨਹੀਂ ਤੁਹਾਨੂੰ ਨਹੀਂ ਨਹੀਂ ਲਿਖਾ ਦਿਓ ਨਾ ਕੁਛ ਨਹੀਂ ਹੁੰਦਾ ਦੇਣਾ ਇਹ ਕਿਹੜਾ ਮਜ਼ਾਕ ਹੋਇਆ ਉਸਤਾਦ ਜੀ ਇਹ ਜਿਸਮ ਦੀ ਜ਼ਕਾਤ ਹੁੰਦੀ ਹੈ ਤੂੰ ਜ਼ਕੀਰ ਧਾਲਣ ਲਾ ਕੇ ਦੇ ਰੇ ਤੂੰ ਜ਼ਕਾਤ ਮੈਂ ਤੇ ਦਿਨਾ ਖੂਨ ਚਲੋ ਇੱਕ ਬੰਦੇ ਨੂੰ ਅੱਜ ਗੁਰਦਾ ਚਾਹੀਦਾ ਦੇਣਾ ਤੂੰ ਨਹੀਂ ਗੁਰਦਾ ਨਹੀਂ ਖੂਨ ਦੀ ਗੱਲ ਹੋ ਰਹੀ ਹੁੰਦਾ ਕੀ ਸੇ ਬਈ ਜਿਹੜਾ ਤੁਸੀਂ ਬਲੱਡ ਦਿੰਨੇ ਆ ਆ ਜਿਹੜਾ ਤੁਹਾਡਾ ਗਰੁੱਪ ਬਣਿਆ ਸਾਨੂੰ ਵੀ ਦੇਣਾ ਉਹਦੇ ਚ ਨਾ ਨਾਂ ਲਿਖੋ ਤਸਲੀਮ ਬਾਦ ਸਾਹਿਬ ਦਾ ਅੱਲਾ ਪਾਕ ਖੈਰ ਕਰੇਗਾ ਹਾਂਜੀ ਹਾਂਜੀ ਆਪਣੇ ਭਾਜੀ ਤਸਲੀਮ ਬਾਦ ਸਾਹਿਬ ਆ ਗੱਲ ਕਰੋ ਉਹਨਾਂ ਨਾਲ ਔਰ ਇਹਨਾਂ ਦੇ ਸਿਰਫ ਸਿਰਿੰਜ ਲਾਉਣੀ ਹੈ ਅਸਲਾਮ ਅਲੈਕੁਮ ਸਲੀਮ ਅਬਾਸ ਕੁਹਾਲ ਲਿਖਣਾ ਅੱਗੇ ਜੀ ਸਲੀਮ ਅਬਾਸ ਕੁਹਾਲ ਸਿਆਲਕੋਟ ਹਾਂ ਤਬੀਅਤ ਉਦਾਂ ਦੀ ਹੈ ਹਾਂ ਮੋਛਾ ਖਾਨਦਾਨ ਮਜ਼ਾਕ ਕਰਦੇ ਅੱਲਾ ਦੀ ਕਸਮ ਮੈਂ ਖੂਨ ਨੀ ਦਿੰਦਾ ਦੇਣਗੇ ਅਸੀਂ ਤਾਂ ਆਇਆ ਕਰਾਂਗੇ ਇਹਨਾਂ ਦਾ 3-3 ਬੋਤਲਾਂ ਇੱਕੋ ਸਾੜੇ ਸਪਰੈਟ ਦੀ ਲੈ ਲਓ ਕੋਕ ਦੀ ਲੈ ਲਓ ਫੈਂਟੇ ਦੀ ਲੈ ਲਓ ਜਿਹੜੀ ਭਾਜੀ ਚਾਹੀਦੀ ਤੁਹਾਨੂੰ ਪਹੁੰਚਾ ਦਿਆ ਹਾਂ ਫੈਂਟੇ ਤੋਂ ਹਿਸਾਬ ਲਾ ਲਾ ਫੈਂਟਾ ਮਾਰ ਕੇ ਵੀ ਲੈ ਲਾਂਗੇ ਖੂਨ ਤੁਸੀਂ ਦੱਸਣਾ ਸਿਰਫ ਇਹਨਾਂ ਦਾ ਚਾਹੀਦਾ ਹਾਂ ਇੱਕ ਇੱਕ ਮੋਛੀ ਬੋਤਲ ਵੀ ਆਈ ਆ ਮੋਛੀ ਆ ਮੇਲਿਆਂ ਦੇ ਨੀ ਉਹ ਬਿੱਡੀ ਸਾਰੀ ਗੱਡੀ ਆਉਂਦੀ ਹੁੰਦੀ ਆ ਬੋਤਲਾਂ ਵਾਲੀ ਉਹ ਸੋਡੇ ਵਾਲੀ ਗੱਡੀ ਉਹਦੇ ਵਿੱਚ ਗਿੱਠੀ ਬੋਤਲ ਹੁੰਦੀ ਇੱਕ ਮੋਛੀ ਜਿਹੀ ਗਿੱਠੀਆਂ ਤਾਂ ਹੁਣ ਮੁੱਕ ਗਈਆਂ ਹੁਣ ਚੜਾਈ 'ਚ ਬੋਤਲਾਂ ਆਉਣ ਲੱਗ ਗਈਆਂ ਕੋਈ ਰੌਲਾ ਨਹੀਂ ਹਾਂਜੀ ਉਹ ਗਿੱਠੀ ਬੋਤਲ ਮੂੰਹੋਂ ਕਹਿ ਰਹੀ ਹੁਣ ਚੜਾਈ 'ਚ ਆਉਣ ਲੱਗ ਰਾਣਾ ਸਾਹਿਬ ਗਿੱਠੀ ਬੋਤਲ ਨਾਲ ਕਿਸੇ ਨੇ ਕੀ ਕਰਨਾ ਇੰਨੇ ਹਾਂਜੀ ਗਿੱਠੀ ਬੋਤਲ ਭਲਾ ਕਿੱਦਾਂ ਨਹੀਂ ਉਹਦੀ ਨਿਸ਼ਾਨੀ ਇੱਦਾਂ ਦੀ ਹੁੰਦੀ ਜਿੱਦਾਂ ਉਹਨੂੰ ਕਿਸੇ ਕੋਲ ਸਮੈਲ ਆਉਣ ਦੀ ਇੱਦਾਂ ਦਾ ਉਹਦਾ ਮੂੰਹ ਹੁੰਦਾ ਗਿੱਠੀ ਦੇ ਮੋਛੀ ਬੋਤਲ ਕਿੱਦਾਂ ਦਾ ਮੂੰਹ ਘਰ ਹੋਵੇ ਇਹ ਮੂੰਹ ਤੁਸੀਂ ਬੜੇ ਬਣਾਏ ਨੇ ਤਸਲੀਮ ਸਾਹਿਬ ਮੈਂ ਤਦੀ ਇਜਾਜ਼ਤ ਲੈ ਕੇ ਵੀਡੀਓ 'ਚ ਬੜੇ ਹਾਂ ਭਾਜੀ ਇਹ ਗੱਲ ਕਰੋ ਮਜ਼ਾਕ ਕਰ ਰਹੇ ਸੀ ਰਾਣਾ ਮਜ਼ਾਕ ਮਜ਼ੂਕ ਕੋਈ ਨਹੀਂ ਹਾਂਜੀ ਸਹਿਬ ਬਈ ਚਲੋ ਮੈਂ ਗੱਲ ਕਰਦਾ ਅਸੀਂ ਸ਼ੂਟ ਕਰ ਰਹੇ ਅਤੇ ਦੂਸਰਾ ਇਹ ਆ ਕਿ ਇਹ ਗੱਲ ਸੀਰੀਅਸ ਹੈ ਤੁਸੀਂ ਜਦੋਂ ਵੀ ਦੱਸਣਾ ਗੱਡੀ ਆਪਣੀ ਭੇਜ ਦਿਆ ਕਰਨੀ ਅਤੇ ਬਸ ਬੇਹੋਸ਼ ਕਰਕੇ ਲੈ ਜਾ ਕਰਨ ਜਿੰਨੀਆਂ ਮਰਜ਼ੀ ਕੱਢ ਲਿਆ ਕਰਨਾ ਲਿਜਾਣਾ ਬੇਹੋਸ਼ ਆ ਅਤੇ ਜਦੋਂ ਹੋਸ਼ ਚਾਹਣ ਖੂਨ ਉਦੋਂ ਕੱਢਣਾ ਇਹਨਾਂ ਦਾ ਕਿਉਂਕਿ ਨਿਗਾਹ ਜਿਹਾ ਆਉਣਾ ਤਾਂ ਇੱਦਾਂ ਅੱਛਾ ਨਹੀਂ ਲੱਗਦਾ ਲਓ ਜੀ ਸਾਹ ਜੀ ਇਹ ਮੁਹੱਬਤ ਅੱਲਾ ਦੀ ਰਹਿਮਤ ਹੋ ਗਈ ਤੁਹਾਡੇ ਤੇ ਮੈਂ ਰਾਣੇ ਨੂੰ ਮੁੜ ਕੇ ਮਿਲਣਾ ਹੀ ਨਹੀਂ ਲੱਭੇਗਾ ਕੋਈ ਨਹੀਂ ਰਾਣਾ ਸਾਹਿਬ ਤੁਹਾਨੂੰ ਮਿਲ ਜਾਣਾ ਸਾਹਿਬ ਆ ਨਾ ਬੰਦੇ ਅੱਜ ਦਾ ਜੂਸ ਦੀ ਗੱਲ ਕੀਤੀ ਮੈਂ ਜ਼ਿੰਦਗੀ ਜਦੋਂ ਵੀ ਖੂਨ ਦੇਣ ਗਿਆ ਨਾ ਉਹ ਇਦਾਂ ਨਹੀਂ ਕੀਤਾ ਕਿ ਆ ਜੂਸ ਪੀ ਲੈਂਦੇ ਨਾ ਉਹਦੇ ਨਾਲ ਰਫਤਾਰ ਘਟ ਜਾਂਦੀ ਅੱਲਾ ਤੁਹਾਡੀ ਖੈਰ ਅੱਛਾ ਉਹ ਮੈਂ ਜਦੋਂ ਵੀ ਖੂਨ ਲੱਗ ਰਹੀ ਰਫਤਾਰ ਵੀ ਸਵਾਰੀਆਂ ਬਣਾ ਨਹੀਂ ਨਹੀਂ ਯਾਰ ਇੱਕ ਬੰਦਾ ਕੰਮ ਗਿਆ ਨਾ ਮੈਂ ਭਲਾ ਕੀ ਕਰਦਾ ਮੈਂ ਜਾਣ ਤੋਂ ਪਹਿਲੇ ਨਾ ਅੱਧਾ ਕਿਲੋ ਗਰਮ ਦੁੱਧ ਕਰਕੇ ਮਾੜੀ ਜਿਹੀ ਪੱਤੀ ਲਾ ਕੇ ਪੀ ਲੈਣਾ ਅੱਛਾ ਰਫਤਾਰ ਵੱਧ ਜਾਂਦੀ ਇੰਜ ਤੁਸੀਂ ਗਏ ਆ ਇੰਜ ਲੱਗਾ ਇੰਜ ਬੋਤਲ ਭਰੀਏ ਤੇ ਘਰ ਨੂੰ ਆ ਜਾਓ ਤੇ ਤੁਸੀਂ ਉਸਤਾਦ ਜੀ ਜਦੋਂ ਖੂਨ ਦੇਣ ਜਾਣਾ ਨਾ ਕੋਲੇ ਵਾਲੀ ਅੰਗੀਠੀ ਨਾਲ ਲਿਆਣੀ ਹੈ ਹਾਂ ਬਿਲਕੁਲ ਸਹੀ ਹੈ ਤਸਲੀਮ ਸਾਹਿਬ ਥੋੜਾ ਖੂਨ ਨੀ ਹੈਗਾ ਭਾਈ ਬਸ ਇਹ ਹੁਣ ਕਿਤੇ ਕਢਾ ਦਿਓ ਰਾਣਾ ਬਸ ਤੁਸੀਂ ਫਿਕਰ ਨਾ ਕਰੋ ਅੱਲਾ ਪਾਕ ਖੈਰ ਕਰੇ ਆਵੇ ਮੈਂ ਸੱਚ ਇਹ ਕੀ ਜ਼ਿੰਦਗੀ ਹੋਏਗੀ ਵੀ ਇਹ ਖਲੋ ਕੇ ਨਲਾਉਂਦਾ ਇਹ ਖਲੋ ਕੇ ਨਵਾਉਣ ਵਾਲੇ ਆ ਜੀ ਹੁਣ ਬਹਿ ਕੇ ਤੇ ਨਵਾਉਣਾ ਆ ਦੇਖਣਾ ਜਰਾ ਦੇਖਣਾ ਲਓ ਜੀ ਇਹ ਐਡਾ ਕਰਦਾ ਉਹ ਹਾਏ ਕੁੱਟਕ ਟੁੱਕਰ ਖਾਣੀ ਹੈ ਤਾਂ ਦੱਸੋ ਇਹਨੇ ਮਾਰ ਦੇਣੀ ਹੈ ਮੇਰੇ ਸਾਹਮਣੇ ਹੋਣਾ ਤਾਂ ਤੇਰੇ ਵੱਜ ਜਾਣੀ ਹੈ ਵਾਹ 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 ਆਵੇ ਮੋਛੇ ਬੰਦੇ ਦੀ ਵੀ ਕੀ ਜ਼ਿੰਦਗੀ ਹੈ ਯਾਰ ਹਾਂਜੀ ਬਰਾਤ ਦੇ ਪੈਸੇ ਨਿਆਣੇ ਲੁੱਟ ਕੇ ਲੈ ਜਾਂਦੇ ਮੋਛਾ ਫੇਰ ਵਿੱਚ ਫਿਰ ਰਿਹਾ ਹੁੰਦਾ ਮੋਟੇ ਬੰਦੇ ਦੀ ਵੀ ਕੀ ਜ਼ਿੰਦਗੀ ਹੈ ਜੀ ਲਾੜੇ ਦਾ ਹਾਰ ਤੋੜੇ ਫੌਰੀ ਫੜਿਆ ਜਾਂਦਾ
ਮੁੱਛਾ ਬੰਦਾ ਸਹੀ ਰਹਿੰਦਾ, ਲਾੜੇ ਦੇ ਨਾਲ ਲਮਕੇ ਆਉਂਦਾ, ਇੰਝ ਲੱਗਦਾ ਖਰੇ ਲਾਟੂ ਲੱਗਾ ਹੈ। ਬਲੋਚ ਸਾਹਿਬ ਨੇ ਨਾ ਕੁਛ ਅਹਿਲ ਦਿਲ ਲੋਕ ਲੱਗੀ ਰਾਣੀ ਸਰਕਸ ਬਣਾਈ ਸੀ, ਅਹਿਲ ਦਿਲ ਲੋਕ ਨੇ ਕਿੱਥੇ ਬਣਾਉਣੀ ਆ ਰਿਛ ਤੇ ਇੱਥੇ ਰਹਿਣ ਦਾ। ਅੱਛਾ ਅਹਿਲ ਦਿਲ ਲੋਕ ਹੀ ਹੁੰਦੇ ਨਾ, ਉਹਨਾਂ ਨੇ ਪਤਾ ਕੀਤਾ, ਉਹਨਾਂ ਨੇ ਨਾ ਆਪਣਾ ਜੰਗਲ ਜਿਹੜਾ ਆ ਉਹ ਵੇਚਤਾ ਕਿਸੇ ਨੂੰ ਜ਼ਖੀਰਾ। ਅੱਛਾ ਉਹ ਜਿਹੜੇ ਬਲੋਚ ਸਾਹਿਬ ਸੀਗੇ ਉਹ ਸਵੇਰੇ ਸਵੇਰੇ ਨਾ ਹੁਣ ਜਾਂਦੇ ਸੀਗੇ ਵਾਕ 'ਤੇ। ਅੱਛਾ ਉੱਦਣ ਉਹ ਸਵੇਰੇ ਗਏ ਤਾਂ ਅਗਲੇ ਦਿਨ ਪਠਾਣਾ ਨੇ ਵੀ ਆਉਣਾ ਸੀਗਾ, ਜੰਗਲ ਵੱਢਣਾ ਵੁੜਨਾ ਸੀਗਾ। ਲਓ ਜੀ ਉਹ ਗਏ ਨੇ ਸਵੇਰੇ ਸਵੇਰੇ ਤਾਂ ਕਿਤੇ ਪਈ ਸੀ ਉੱਤੇ ਤਰੇਲ, ਉਹਨਾਂ ਦੇ ਉੱਤੇ ਨਾ ਡਿੱਗੀ ਤਰੇਲ ਮਾੜੀ ਡਿੱਗੀ ਅਤੇ ਉਹਨਾਂ ਨੇ ਉੱਤੇ ਇੰਝ ਕਰਕੇ ਦੇਖਿਆ ਅਤੇ ਉਹ ਇਹਲੇ ਦਿਲ ਆਦਮੀ ਸੀਗਾ, ਉਹਨੇ ਨਾ ਜਨਾਬ ਪਠਾਣਾ ਨੂੰ, ਉਹਨੇ ਦੇਰ ਪਠਾਣ ਆ ਗਿਆ, ਉਹਨਾਂ ਨੇ ਕਿਹਾ ਭਾਈ ਜਾਨ ਤੁਸੀਂ ਜਿੰਨਾ ਬਿਆਨਾ ਦਿੱਤਾ ਨਾ ਆਪਣੇ ਬਿਆਨੇ ਨਾਲ ਬਿਆਨਾ ਮੋੜ ਲਓ, ਤੇ ਮੇਰੇ ਜਿਹੜੇ ਦਰਖਤ ਆ ਨਾ ਮੈਂ ਸਵੇਰੇ ਆਇਆ ਤਾਂ ਰੋਣ ਡਏ ਸੀ, ਕਹਿੰਦੇ ਕਿ ਸਾਨੂੰ ਨਾ ਵੇਚਿਆ। ਵਾਹ 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 ਅਹਿਲੇ ਦਿਲ ਲੋਕ, ਉਹਨੇ ਬਿਆਨੇ ਨਾਲ ਬਿਆਨਾ ਮੋੜਤਾ, ਉਹ ਕਹਿੰਦਾ ਯਾਰ ਮੈਂ ਇਹਨਾਂ ਨੂੰ ਨਹੀਂ ਵੱਢਣ ਦੇਣਾ, ਇਹ ਤਾਂ ਰੋਣ ਡਏ ਸੀ। ਵਾਹ ਜੀ ਵਾਹ, ਅੱਲਾ ਪਾਕ ਜਦੋਂ ਦਿਲ ਚ ਪਾ, ਕਿੱਥੇ ਦਰਖਤ ਦਾ ਕੀ ਬਣਿਆ ਹੋਵੇਗਾ, ਉਹਨੇ ਵਿਚਾਰੇ ਨੇ ਕੀ ਉਹਦਾ ਰੋਣਾ ਜਿਹਾ ਲੱਗਾ, ਕਹਿੰਦਾ ਨਾ ਮੈਨੂੰ ਨਾ ਵੇਚੀ ਮੈਨੂੰ ਨਾ ਵੇਚੀ ਮੈਨੂੰ ਆ। ਤੇ ਮੋਟਾ ਦਰਖਤ ਕੀ ਕਹਿੰਦਾ ਹੁੰਦਾ, ਉਹ ਕਹਿੰਦਾ ਸੀ ਇਹ ਮੋਛੇ ਨੂੰ ਲਾਗੇ ਨਹੀਂ ਲੱਗਣ ਦੇ। ਅੱਛਾ ਮੰਜਾ ਜਦੋਂ ਗੱਲ ਕਰਨ ਲੱਗਦਾ ਨਾ ਅੱਗੇ ਫੜ ਲੈਂਦਾ, ਅੱਗੇ ਫੜ ਲੈਂਦਾ ਭਾਈ। ਆ ਵੇਖ ਤਾਂ ਸਹੀ ਇਹਦੇ ਮੂੰਹ ਤੋਂ ਲੱਗਦਾ ਕਿ ਕਿਤੇ ਦੂਰ ਕਿਸੇ ਬੰਦੇ ਨੂੰ ਵੇਖ ਰਿਹਾ, ਦੂਰ ਹਾਂ ਬੰਦਾ ਆ ਖੜੋਤਾ ਆ, ਹੁਣ ਮੱਝ ਵੇਖਣੀ ਇਹਨੇ। ਹਾਂ ਤੁਹਾਡਾ ਸਿਰਫ ਲਾਫਟਰ ਰਾਣਾ ਸਾਹਿਬ ਮਾਰਦਾ, ਹੋਰ ਕੋਈ ਗੱਲ ਨਹੀਂ ਹੈ। ਕੀ ਲੈ ਚੱਲ ਇੱਕ ਮਿੰਟ ਇਹ ਸੀਰੀਅਸ, ਚੱਲ ਗੱਲ ਕਰ ਰਾਣਾ ਸਾਹਿਬ ਦੇਖਣਾ। ਹਾਂ ਹਾਂ ਰਾਣਾ ਸਾਹਿਬ ਤੁਸੀਂ ਵੇਖਿਆ ਨਹੀਂ ਹੱਥ ਇੱਥੇ ਜਾਂਦਾ ਲੋਕਾਂ ਦਾ। ਹਾਂ ਸਾਹਿਬ ਯਾਰ ਕਦਾ ਦੀ ਕਿਸੇ ਆ ਤਾਂ ਤੁਸੀਂ ਨਾਲ ਲਾ ਬਸ ਇੱਥੇ ਰਾਣਾ ਸਾਹਿਬ ਗੱਲ ਬਣਾਉਣੀ ਕਈ ਦਫ਼ਾ ਜੇਬ ਚ ਮੂੰਹ ਫਸ ਗਿਆ ਅਗਲੇ ਦੀ, ਅਸਲ ਚ ਰਾਣਾ ਸਾਹਿਬ ਪਿਛਲੇ ਜਿਹੜੇ ਦੋ ਸ਼ੂਟ ਲੱਗਦਾ ਜਿਵੇਂ ਤੁਸੀਂ ਆਹ ਬਾਹ ਹੱਥ ਆ ਜੀ, ਆਹ ਮੂੰਹ ਆ ਸਾਡੀ, ਆਹ ਬਾਹ ਆ ਤੇ ਆਹ ਮੂੰਹ ਲੈ ਬਹੁਤ ਦੂਰ ਆ ਇਹਦਾ, ਇੱਥੇ ਆਹ ਇੱਦਾਂ ਐਂ ਕਰ ਇੱਧਰ ਆ ਜੇ ਬੜੀ ਇਸਤੇਮਾਲ ਕਰਦਾ ਹੁੰਦਾ, ਆਹ ਦੂਰ ਪੈਂਦੀ ਹੈ ਬਾਂਹ ਦਰਾ ਅੱਜ ਨਾਲ ਮਿਲਾਓ ਤੇ ਸਹੀ ਰਾਣਾ ਸਾਹਿਬ ਕੱਢੋ ਇਹਨਾਂ ਨੂੰ ਮਿਲਾਓ ਜੀ ਬਾਂਹ ਦਰਾ, ਬਾਂਹ ਦਰਾ ਕੱਢੋ ਬਾਂਹ, ਤੁਸੀਂ ਗੱਲਾਂ ਕਰ ਰਹੇ ਹੋ ਵੇਖੋ ਭਾਜੀ ਇੱਧਰ ਆਓ ਇੱਧਰ ਆਓ ਬਾਂਹ ਕੱਢੋ ਬਾਂਹ। ਆਪ ਫੜ ਕੇ ਹਾਂਜੀ ਉਰਲੀ ਫੜ ਲਈ ਹੈ ਤੇ ਮੈਨੂੰ ਕਹੀ ਜਾਂਦਾ ਉਹ ਫੜ, ਸਾਰੀ ਜ਼ਿੰਦਗੀ ਵੇਲਾ ਫੜੀਆਂ ਤੁਸੀਂ ਕੋਲ ਪੱਤੇ ਵੇਖਣ ਡਿਆ ਰਾਣਾ ਸਾਹਿਬ, ਕੋਲ ਪੱਤੇ ਛੱਡ ਦਿਓ ਤੁਸੀਂ ਕਿੱਦਾਂ ਕੈਮਰਿਆਂ ਨੂੰ ਦੇਖ ਕੇ, ਹੁਣ ਆਹ ਪੱਤੇ ਆ ਨਹੀਂ ਕੈਮਰਿਆਂ ਨੂੰ ਦੇਖ ਕੇ, ਕੈਮਰਿਆਂ ਆਹ ਪੱਤੇ ਆ ਹਾਂ, ਹੁਣ ਇੱਦਾਂ ਵੇਖਦੇ ਹਾਂ ਛੱਡ ਦਿਆ ਤੁਸੀਂ ਸਾਹਿਬ।
दिखाइए जरा फुल उची जगह ते खड़ा है राणा साहब फिर बराबर नहीं आने यार माशाल्लाह हाइट एडी है तुसी आख लवो आओ तो सही को पागल होया उच्च उच्ची जगह ते खलोएगा तो तेन कहती टेंशन अच्छा, हर गल नोटिस कर रहा के उच्ची उच्ची जगह ते खड़ा आ वेखो उन्हें कड़ी जरूरत उत्ते चढ़ के पानी पिछे तेन गोता आजू गोता आजू बड़ा पानी बहुत मच्छे बंदे गोता आ जाता है तुम तो पैर एडा ही निका कर दस पैली पानी लाओ तो वास्ते आबशार हों आबशार हाँ बेच डुबरे नाले आजो बह जाओ चल डेगना पवी डेगना पवी बाहर बंदा जो तीन नंबर जुती आउंदी लो राणा साहब सत्त नंबर मैनू जुती आउंदी आ फड़ो जी मुझे इधर आओ जी आओ जी तसलीम साहब आओ जी तसलीम साहब आओ बैठो ओहो मुझे साहब आजो भाई तेरा उस्ताद बहुत भाई कमल आंदा है तेनू चलो तुसी दसो किनी जगह साडे कोल सी तुसी भी इंसाफ दी गल कर लिया करो कदी इंसाफ दी ओह करण ते फिर हसण दे नाल नाल तुहाडी गल आ वेखो तुसी चौकड़ी वेखो ओहदी असीं बहिणा जे तैयारी होणी ओहदी वज वी गई जग पानी ना के बाहर आ जाता एक जग नाल बचा लिया किसी टाइम सर्दी बच जाता पानी आ गर्मिया च पावा डेढ़ जग ला सर्दिया च बचा लेंदा राणा साहब मैं एडा ही मेरा कद निका जी यार तसलीम की पूछी है राणा साहब ने पढ़ दे कुछ इंसाफ करया करो ना गया देखो एक जग दे नाल को बंदा नहा के निकल सकदा खाला किड्डा हुंदा है हां हां खाला हां ओदे विच इत्थे तक डुबया ते मैं कड्या ओ खाला निका जिया नहीं सी ओ खाला भी तसलीम साहब वड्डा सी ओ खाला आ जेड़ा देखया तुसी किड्डा के वड्डा खाला है 2.5 फुट दा ओदा नहीं ओ बैठा होना है नहीं खलोता जी खाला वेखिया वे जी गल करन दा है तुसी भी 2.5 फुट केड़े खाले दी गल करन दा आज जितो उधर बैठे सी आप तसलीम साहब जदो आपा उथे साईवाल ड्रामा करन गए उथे नहाउण गए आ ना ओ उस जगह ते ओ निका जिया खाला सीगा उथे तुसी वेखिया वा तू जो के साईवाल लै गया खाला इस दी गल करन ने ओ तो खाला जेड़ा सी ओ तो बच्चे वाला खाला सी अच्छा तसलीम साहब दे काम वेखो एक जेड़ा अच्छा आर्टिस्ट है ना ओदा एक काम हुंदा है कि उन्हें महफल चो एक अद्धी गल फड़नी होंगी है तो उत्त ही फिर उन्हें कम ला देना होंगे तो वही कम तसलीम साहब ने मुझा तेरे अच्छा हूँ तेरी भी दिलेरी है ना तू इस गल चो निकल आहो तू भी साबित कर उल्टा पै जा तू अलीरी करके लै पै जा कुत्ता आया असीं पैण लग पईए ते असीं कुत्ते हो जाए अच्छा मैं माड़ी जी गल कीती हां जी ते देख लो आप कुत्ता आया फौरी जवाब आया कुत्ता वा मैनूं पै जावे तुहानूं पता गिट्ठा कुत्ता भौंकदा होवे ना ते उहनां दा सिलसिला घर विच निकल जाएगा लेकिन ये अगे नहीं आएगा ठीक है जी गुस्सा ही इन्ना होंदा कदी वेखना मोटे बंदे दी जिंदगी कोई नहीं है ट्रैक्टर किधर चले आ किधर चले आ लगदा चलो स्टार्ट कीता उन्होंने ट्रैक्टर लंघ लिया किधर नु चले आ अच्छा चलो ठीक है आहा आहा जो वेखिया मैं जवान जवान होंगे जानवर पिंडा भी लग मैं गल की ਤੇ ਉਹਨਾਂ ਗੱਲ ਚੁੱਕ ਕੇ ਪਾਤੀ ਮੇਰੇ ਤੇ ਪਾਤੀ ਆਪਣੇ ਲੋਕ ਯਾਰ ਕਿੱਡੇ ਜਾਨਵਰ ਨਹੀਂ ਹੁੰਦੇ ਰਾਣਾ ਤੂੰ ਕਿਉਂ ਲੜਾਈ ਕਰਾਉਂਦਾ ਨਹੀਂ ਹੁੰਦੇ ਟੈਡੀ ਬੱਕਰੀਆਂ ਆਹੋ ਹਾਂ ਇੱਕ ਦੇਸੀ ਹੁੰਦੀ ਤਕੜੀ ਟੈਡੀ ਹਾਂਜੀ ਤਕੜੀ ਵੇਖੀਏ ਨਾ ਪੋਡੀ ਬੱਕਰੀਆਂ ਸਿੰਘਾਂ ਤੋਂ ਬਗੈਰ ਹਾਂ ਆ ਤੇ ਵੇਖ ਲਓ ਆ ਦੇਖ ਰਹੇ ਹੁਣ ਟਰੈਕਟਰ ਆ ਰਿਹਾ ਹੈ ਟੇਪ ਲੱਗੀ ਹੈ ਤਸਲੀਮ ਸਾਹਿਬ ਕਹਿੰਦੇ ਆ ਕਿ ਟਰੈਕਟਰ ਦੀ ਟੇਪ ਤੇ ਬੁਢਾਪੇ ਦਾ ਵਿਆਹ ਵਾਹ ਵਾਹ ਲੋਕਾਂ ਵਾਸਤੇ ਹੀ ਹੁੰਦਾ
ਅਜੇ ਟਰੈਕਟਰ ਤੇ ਬੈਠਾ ਯਾਰ ਰਾਣਾ ਇੱਕ ਮੇਰੀ ਖੁਆਇਸ਼ ਆ ਹਾਂ ਮੈਨੂੰ ਲੋਕਾਂ ਵਾਲੀ ਲਿਸਟ 'ਚ ਰੱਖ ਲੈ ਯਾਰ ਪਚਵੰਜਾ ਕਿੰਨੀ ਉਮਰ ਪਚਵੰਜਾ ਹੈ ਨਹੀਂ ਮੇਰੀ ਉਮਰ ਮੇਰਾ 41 ਸਾਲ ਹੋਏ ਅੱਲਾਹੁ ਅਕਬਰ ਅੱਲਾਹੁ ਅਕਬਰ ਇੱਥੋਂ ਹਿਸਾਬ ਲਾ ਲਓ ਜਿਹੜੇ ਪਹਿਲੇ ਬੰਦੇ ਝੂਠ ਬੋਲਦੇ ਸੀ ਨਾ ਉਹ ਮਰ ਜਾਂਦੇ ਸੀ ਹੁਣ ਜਿਹੜੇ ਝੂਠ ਬੋਲਦੇ ਉਹਨਾਂ ਨੂੰ ਬੁਖਾਰ ਵੀ ਨਹੀਂ ਚੜਦਾ ਸਹੀ ਗੱਲ ਆ ਹੁਣ ਜਿਹੜੇ ਝੂਠ ਬੋਲਦੇ ਭਲਾ ਕੀ ਹੁੰਦਾ ਆ ਮੋਟੇ ਹੋ ਜਾਂਦੇ ਉਹਨਾਂ ਦੇ ਨੈਣ ਨਕਸ਼ਿਆਂ ਵਿੱਚ ਵੜ ਜਾਂਦੇ ਆ ਮੋਟੇ ਹੋ ਜਾਂਦੇ ਆ ਉਹਨਾਂ ਨੇ ਮੂੰਹ ਇੰਜ ਹੋਣੇ ਜਿਵੇਂ ਚੀਜ਼ ਚੁੱਕਣੀ ਹੁੰਦੀ ਨਾ ਐਂ ਕਰਕੇ ਜਿੱਥੇ ਗੱਲ ਹੁੰਦੀ ਆ ਜੀ ਰਾਣਾ ਸਾਹਿਬ ਮੈਨੂੰ ਕਰਦੇ ਹੋ ਜਿੱਥੇ ਕੋਈ ਗੱਲ ਹੁੰਦੀ ਹੈ ਜੀ ਮੈਨੂੰ ਰਾਣਾ ਸਾਹਿਬ ਬਾਹਰ ਲੈ ਜਾਂਦੇ ਜੀ ਖੇਤਾਂ 'ਚ ਲੈ ਜਾਂਦੇ ਉਹ ਭਾਈ ਹੁਣ ਬੰਦਾ ਹੀ ਉਹ ਸੰਡਾ ਟੈਪ ਲੱਭਾ ਵਾ ਤੁਸੀਂ ਉਹ ਸ਼ਹਿਰਦਾਰੀ 'ਚ ਮਾਰ ਕੇ ਨਿਸ਼ਾਨ ਕਰਨਾ ਨਹੀਂ ਤੁਸੀਂ ਮਤਲਬ ਕਿ ਸੀਰੀਅਸ ਤੁਸੀਂ ਵਿਆਹ ਦੂਸਰਾ ਕਰਵਾਉਣਾ ਚਾਹੁੰਦੇ ਯਾਰ ਹਸਨ ਮੈਂ ਕਰਵਾ ਸਕਦਾ ਤੇ ਆ ਜਿਹੜੇ ਬਜ਼ੁਰਗ ਨੇ ਜਿਹੜੀ ਬਜ਼ੁਰਗਾਂ ਨੇ ਗੱਲ ਕੀਤੀ ਹੈ ਟਰੈਕਟਰ ਵਾਲੀ ਤੇ ਬੁਢਾਪੇ ਦੇ ਵਿਆਹ ਵਾਲੀ ਤੁਹਾਨੂੰ ਇਹ 'ਚ ਕੋਈ ਸ਼ੱਕ ਲੱਗ ਰਿਹਾ ਬਜ਼ੁਰਗ ਮੈਂ ਲੋਕਾਂ 'ਚ ਮੈਨੂੰ ਤਾਂ ਗੱਲ ਦਾ ਹੈ ਹੀ ਨਹੀਂ ਤੁਸੀਂ ਕਿਹਾ ਨੇ ਵੀ ਮਤਲਬ ਤੁਸੀਂ ਬਜ਼ੁਰਗ ਆਦਮੀ ਨਹੀਂ ਹੈ ਯਾਰ ਬਜ਼ੁਰਗ ਕਿਉਂ ਹੋ ਗਏ ਉਹ ਕਹਿੰਦੇ ਕਹਿੰਦੇ ਪਏ ਨੇ ਮੈਂ ਲੋਕਾਂ 'ਚ ਵਿਆਹ ਨਹੀਂ ਕਰਾਉਣਾ ਹੁਣ ਹਾਏ ਬੱਦਲ ਆ ਗਏ ਨੇ ਉੱਠੋ ਇੰਜੋਏ ਕਰੋ ਤੁਸੀਂ ਬਹਿ ਗਏ ਆ ਯਾਰ ਸਿਰ ਢੱਕ ਲਓ ਤਸਲੀਮ ਸਾਹਿਬ ਰਾਣਾ ਸਾਹਿਬ ਗਣਿਆਂ ਦਾ ਵੀ ਦੱਸਿਆ ਉਹਨਾਂ ਅੱਲਾ ਦੀ ਮਿਹਰਬਾਨੀ ਦੇ ਨਾਲ ਹੁਣ ਵੀ ਨੈਣ ਨਕਸ਼ ਤੁਸੀਂ ਆਪਣੇ ਇਮਾਨਦਾਰੀ ਦੱਸ ਰਹੇ ਫਰੈਸ਼ ਕਿਹਦੇ ਆ ਨੈਣ ਵਿਆਹ 'ਚ ਨੈਣ ਨਕਸ਼ ਨਹੀਂ ਚੱਲਦੇ ਵਿਆਹ 'ਚ ਨੈਣ ਨਕਸ਼ ਨਹੀਂ ਚੱਲਦੇ ਜੋ ਚੱਲਦਾ ਹੈ ਨਾ ਵਿਆਹ 'ਚ ਨਹੀਂ ਚੱਲਦੇ ਹਾਂ ਵਿਆਹ 'ਚ ਨੈਣ ਨਕਸ਼ ਨਹੀਂ ਚੱਲਦੇ ਆਵੇ ਲੋਕ ਵੀ ਉਹ ਜਿਹੜੇ ਨੇੜੇ ਨੇੜੇ ਤੁਹਾਡੇ ਫਿਰਦੇ ਪਿਛਲੇ 5 ਸਾਲ ਦੇ ਬਦਲੇ ਇੱਕੋ ਗੱਲ ਚ ਲੈ ਲੈਂਦੇ ਖਲੋ ਕੇ ਲਾਏਗਾ ਇਹਨੇ ਬਦਲੇ ਲੈਣੇ ਥੱਲੇ ਬਾਲਣ ਜਿਹੜਾ ਨਾ ਖਲੋ ਕੇ ਲਾਏਗਾ ਲਾਉਣਾ ਹੀ ਆ ਜਦੋਂ ਕੰਮ ਹੀ ਮੇਰਾ ਹੋ ਜਾਣਾ ਹਾਂਜੀ ਤੁਸੀਂ ਜਾ ਕੇ ਉੱਥੇ ਮੰਜੇ ਤੇ ਬਹਿਣਾ ਆ ਤੁਹਾਨੂੰ ਸਲਾਮੀਆਂ ਪੈਣੀਆਂ ਹੁਣ ਤੁਸੀਂ ਉੱਥੇ ਜਾ ਕੇ ਜੋ ਬੈਠੋ ਤੇ ਅਗਲੇ ਕਹਿਣ ਉੱਠੋ ਜੀ ਤੁਹਾਡੇ ਨਾਲ ਕੁੜੀ ਤੋਰੀਏ ਤੇ ਤੁਹਾਡੇ ਕੋਲ ਉੱਠਿਆ ਹੀ ਨਾ ਜਾਵੇ ਉਹ ਯਾਰ ਮੰਜਾ ਹੁਣ ਰਿਕਾਰਡ ਹੋ ਗਿਆ ਇਹਨਾਂ ਕੋਲ ਉੱਠਿਆ ਨਹੀਂ ਜਾਣਾ ਫੌਰੀ ਉੱਠ ਕੇ ਖਲੋ ਜਾਣਾ ਤੂੰ ਲੈ ਜਾ ਵੇਖ ਕੈਸਾ ਆ ਇੱਥੇ ਪੈ ਗਿਆ ਵੀ ਸਾਰਾ ਮੰਜਾ ਖਾਲੀ ਯਾਰ ਇੱਥੇ ਹੀ ਬਹਿ ਕਰ ਲੈਣਾ ਸਾਰਾ ਮੰਜਾ ਖਾਲੀ ਇੱਥੇ ਬਹਿ ਕਰ ਬੈਠੋ ਤੁਸੀਂ ਬੈਠੋ ਸਾਰਾ ਮੰਜਾ ਖਾਲੀ ਆ ਵੇਖੀ ਬਹਿ ਬਈ ਬਹਿ ਅੱਛਾ ਉਧਰ ਹੀ ਚੱਲਦੇ ਆ ਆਏ ਤੁਸੀਂ ਸਭ ਉੱਠੋ ਆਓ ਜੀ ਉੱਠੋ ਉਹ ਮੇਰੇ ਉਹ ਉੱਟੜੀਆਂ ਦੇਖੀਆਂ ਬਾਰੀ ਬਾਰੀ ਮੰਨ ਲਓ ਤਸਲੀਮ ਸਾਹਿਬ ਦਾ ਦੀ ਕਸਮ ਮੰਨ ਲਓ ਹਾਂਜੀ ਆ ਕੱਦ ਵੇਖੋ ਜੀ ਪਹਿਲੇ ਪਤਾ ਲੱਗੇ ਕਿ ਮੁਜਾਹਦ ਵਾਸਤੇ ਛੋਟਾ ਗੋਸ਼ਤ ਤੇ ਨਾਲ ਪਰਾਠੇ ਵਲਾਂ ਵਾਲੇ ਇੱਧਰ ਕੀ ਪੱਕ ਰਿਹਾ ਉਹ ਕਹਿਣਾ ਜੀ ਥੋੜੀ ਜਿਹੀ ਦਾਲ ਤੇ ਚੌਲ ਫੜੀ ਲਿਆ ਤੁਹਾਡੇ ਲਈ ਖਿਚੜੀ ਬਣਾਉਣੀ ਹੈ ਕੀ ਪੱਕ ਰਿਹਾ ਤੁਹਾਡੇ ਲਈ ਖਿਚੜੀ ਹਾਂਜੀ ਇੱਥੇ ਕੀ ਪੱਕ ਰਿਹਾ ਹਾਂਜੀ ਤੁਸੀਂ ਇਹ ਵੇਖੋ ਜਾਨਵਰ ਤੁਸੀਂ ਚੰਗਾ ਰੱਖਿਆ ਸਦਾ ਦੀ ਕਹਾਣੀ ਕਿੱਥੇ ਤਮਾਸ਼ਾ ਲਾਇਆ ਹਾਂਜੀ
ਮੰਨ ਲਓ ਹੁਣ ਤਸਲੀਮ ਸਾਹਿਬ ਬੁੱਢੇ ਹੋ ਗਏ ਆ ਜੇ ਤੁਸੀਂ ਵਿਆਹ ਕਰਾਉਣਾ ਤੇ ਇਸ ਬੰਦੇ ਨਾਲ ਤਲਕ ਖਤਮ ਕਰਕੇ ਕਰਾਈਓ ਕਿੰਨਾ ਵਰਨਾ ਤੁਹਾਡੇ ਤਲਕ ਕਿਸੇ ਕਿਸਮ ਦੇ ਨਹੀਂ ਰਹਿਣੇ ਉਹ ਭਾਈ ਇਹਨੇ ਤਾਂ ਕਰਾਉਣਾ ਇਹਨੇ ਤਾਂ ਰਿਸ਼ਤਾ ਲੱਭਣਾ ਆ ਬਸ ਫਿਰ ਉਹਨੇ ਬਸ ਫਿਰ ਮੈਂ ਲੱਭਣਾ ਬਣਾ ਕੇ ਆਵਾਂ ਬਸ ਫਿਰ ਟਰੈਕਟਰ ਦੀ ਟੇਪ ਹੀ ਸਮਝੋ ਕੋਈ ਨਹੀਂ ਕੋਈ ਨਹੀਂ ਲੱਭ ਲਵੇ ਅੱਲਾ ਦਾ ਟਰੈਕਟਰ ਦੀ ਟੇਪ ਹੀ ਹੈ ਭਾਈ ਭਾਜੀ ਇਹ ਜਿਵੇਂ ਮਿਸਾਲ ਬਣੀ ਹੈ ਨਾ ਹਾਂ ਬੁੱਢੇ ਵਾਰੇ ਦਾ ਵਿਆਹ ਤੇ ਟਰਾਲੀ ਤੇ ਲੱਗੀ ਟੇਪ ਇਹ ਹੁੰਦੀ ਲੋਕਾਂ ਜੋਗੀ ਆ ਹਾਂਜੀ ਤਸਲੀਮ ਸਾਹਿਬ ਦੇ ਮਟਾਪੇ ਵਾਸਤੇ ਮੈਂ ਸ਼ਾਮਲ ਕਰ ਲਿਆ ਮੈਂ ਕਹਿ ਰਿਹਾ ਲੋਕਾਂ ਨੂੰ ਸ਼ਾਮਲ ਕਰਦਾ ਤੂੰ ਨਹੀਂ ਮੈਂ ਹੁਣ ਗੈਰ ਹੋ ਗਿਆ ਕੌਣ ਹੁਣ ਲੋਕਾਂ ਨਹੀਂ ਸੁਣੋ ਐਸਾ ਸੁਣੋ ਟਰੈਕਟਰ ਤੇ ਲੱਗੀ ਟੇਪ ਲੋਕਾਂ ਵਾਸਤੇ ਬੁਢਾਪੇ ਦਾ ਵਿਆਹ ਮੁਜਾਹਦ ਵਾਸਤੇ ਅੱਲਾ ਤੁਹਾਡੀ ਖੈਰ ਕਰੇ ਰਾਮ ਸਾਹਿਬ ਅੱਲਾ ਤੁਹਾਡੀ ਜ਼ਿੰਦਗੀ ਕਰੇ ਆ ਜਾ ਮਿਸਾਲ ਤੇ ਲਾਨਤ ਆ ਹਾਏ ਹਾਏ ਤੁਹਾਡੀ ਮਿਸਾਲ ਤੇ ਲਾਨਤ ਨਹੀਂ ਨਹੀਂ ਮਿਸਾਲ ਤੇ ਲਾਨਤ ਨਹੀਂ ਅੱਜ ਆਇਆ ਜੇ ਸੰਡਾ ਛੁਰੀ ਥੱਲੇ ਹਾਂਜੀ ਅੱਜ ਛੁਰੀ ਥੱਲੇ ਆਇਆ ਜੇ ਭਾਜੀ ਅੱਜ ਆਇਆ ਸੰਡਾ ਦੀ ਕਸਮ ਇੱਕ ਸੋਟੀ ਵੀ ਨਾਲ ਰੱਖਿਆ ਕਰੋ ਇਹ ਕਿਸੇ ਟਾਈਮ ਭੂਤਰਿਆ ਤੁਹਾਨੂੰ ਪੈ ਜਾਣਾ ਬੰਦਾ ਓਏ ਹੋਏ ਸ਼ੁਕਰ ਯਾਰ ਵਾਹ 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 ਗਿੱਠਾ ਬੰਦਾ ਵੀ ਖੁਸ਼ ਹੋਇਆ ਹੈ ਇਹ ਦੇਖ ਲਓ ਤੂੰ ਤੁਹਾਡੇ ਵਿਆਹ ਤੋਂ ਬਾਅਦ ਨਾ ਗੱਲ ਭਲਾ ਕਿੱਦਾਂ ਹੋਣੀ ਹੈ ਉਹਨਾਂ ਨੇ ਕਹਿਣਾ ਮੈਨੂੰ ਲੰਮੇ ਲੰਮੇ ਕੱਦ ਦੇ ਬੰਦੇ ਨਹੀਂ ਸੋਹਣੇ ਲੱਗਦੇ ਆ ਦੇਖੋ ਨਾ ਮੁਜਾਹਦ ਸਾਹਿਬ ਕਿੱਡੇ ਸੋਹਣੇ ਲੱਗਦੇ ਲਾਇਆ ਪਾਇਆ ਤਾਂ ਸੋਹਣਾ ਲੱਗਦਾ ਨਾ ਇਹ ਮੇਰੇ ਵਰਗਾ ਕਿਤੇ ਤੁਹਾਡੇ ਨਾਲ ਘਰ ਚਲਾ ਗਿਆ ਉਹਨੇ ਕਹਿਣਾ ਆ ਦੇਖੋ ਨਾ ਭਾਜੀ ਰਾਣੇ ਦਾ ਕੱਦ ਕਿੱਡਾ ਲੰਮਾ ਢਾਂਗੇ ਜੇ ਲੱਗਦੇ ਆ ਦੇਖੋ ਮੁਜਾਹਦ ਸਾਹਿਬ ਨੂੰ ਲਾਇਆ ਪਾਇਆ ਚੱਲ ਕਰਵਾ ਦੇ ਮੁਜਾਹਦ ਭਾਜੀ ਇਹਨਾਂ ਦੇ ਸੂਟ ਜਿਹਨਾਂ ਨੂੰ ਕੁੜੀ ਦੇਣੀ ਹੈ ਇਹਨਾਂ ਨੂੰ ਉਹਨਾਂ ਨੂੰ ਪਹਿਲੇ ਕਨਾਤਾਂ ਪੜਵਾ ਕੇ ਤੇ ਇਹਨਾਂ ਦੇ ਸੂਟ ਬਣਾਉਣੇ ਪੈਣੇ ਹਾਂ ਇਹ ਤਾਂ ਰੋਟੀਆਂ ਵਾਲੇ ਪੋਣੇ ਨਾਲ ਤੇਰੀ ਸ਼ਰਟ ਬਣ ਜਾਂਦੀ ਉਹ ਤਾਂ ਠੀਕ ਹੈ ਨਾ ਲਾਗੇ ਕੰਮ ਸਰ ਜਾਂਦਾ ਪੋਣੇ ਦੀ ਸ਼ਰਟ ਬਣਾ ਲਓ ਵੈਸੇ ਤਸਲੀਮ ਸਾਹਿਬ ਤੁਸੀਂ ਨਾ ਸਾਬਤ ਕੀਤਾ ਮੰਜੇ ਤੋਂ ਉੱਠ ਕੇ ਹਾਂ ਉਹ ਭਾਜੀ ਬਸ ਕਿ ਸਰ ਕਿਤੇ ਦੌੜ ਵਾਲਾ ਵੀਡੀਓ ਤੇ ਕਰੋ ਹਾਂਜੀ ਸੋਚ ਆਪਣੀ ਖਤਮ ਕਰ ਦਿਓ ਜਾਂ ਜੀ ਰਿਸ਼ਤਾ ਵਾਪਸ ਕਰ ਦੇ ਕੌਣ ਤੁਹਾਨੂੰ ਜਵਾਬ ਸਾਰੇ ਤੁਸੀਂ ਜਵਾਬ ਆਪਣੀ ਗੱਲ ਪਲਟ ਰਿਹਾ ਦੀ ਟੇਪ ਤੇ ਬੁਢਾਪੇ ਦਾ ਵਿਆਹ ਮੁਜਾਹਦ ਜੋਗਾ ਤੈਨੂੰ ਜਵਾਬ ਆ ਕਿਨੂੰ ਚਲੋ ਇਹ ਲੱਗ ਜਾਏਗਾ ਪਤਾ ਨਹੀਂ ਖੁਦਾ ਦੀ ਕਸਮ ਤੁਹਾਡੀ ਹਰ ਗੱਲ ਜਿੰਨੀਆਂ ਵੀ ਤੁਸੀਂ ਸਾਡੇ ਨਾਲ ਕੀਤੀਆਂ ਹਾਂਜੀ ਅੱਜ ਤੱਕ ਮਿਸ ਕੋਈ ਨਹੀਂ ਹੋਈ ਤੇ ਫਿਰ ਵਿਆਹ ਹੋ ਲੈਣ ਦੇ ਜੇ ਸਲਾਮੀ ਪਾਉਂਦੇ ਤੈਨੂੰ ਕਿਉਂ ਨਾ ਆਵੇ ਕਿ ਸੱਜਣਾ ਲੈ ਫਿਰ ਅੱਜ ਤੋਂ ਰੇਸ਼ਮਾ ਤੇਰੀ ਚਲੋ ਹੁਣ ਕਰ ਇੱਧਰ ਤਾਂ ਵੇਖ ਤੈਨੂੰ ਮੇਰੀ ਕਸਮ ਆਈ ਬੜੀ ਤੁਹਾਨੂੰ ਨੱਚਣ ਦੀ ਆਵਾਜ਼ ਹੁੰਦੀ ਆ ਕਰੀ ਲਈ ਵਾਹ ਜੀ ਵਾਹ ਤੈਨੂੰ ਮੇਰੀ ਕਸਮ ਆ ਤੇ ਭਾਈ ਆਪਣਾ ਤੇਰਾ ਕੰਮ ਸਿੱਧਾ ਹੋ ਗਿਆ ਅੱਲਾ ਖੈਰ ਕਰੇ ਜਿੱਥੇ ਤੁਸੀਂ ਜਾਣਾ ਨਾ ਕਿਤੇ ਬਾਹਰ ਅੰਦਰ ਮੈਂ ਤੁਹਾਡੇ ਨਾਲ ਹੀ ਜਾਇਆ ਕਰਨਾ ਹੁਣ ਤੂੰ ਹੱਥੀ ਕਰਵਾ ਅੱਲਾ ਦਾ ਜੇ ਤੇਰੇ ਕੋ ਵਿਆਹ ਤੇ ਪੈਸੇ ਵੀ ਲਾਉਣੇ ਪੈਂਦੇ ਤਾਂ ਲਾ ਦੇ ਓਕੇ ਤੂੰ ਕਿਹੜਾ ਉੱਤੇ ਲਾਉਣੇ ਤੂੰ ਆਪਣੇ ਆਪ ਲਾਉਣੇ ਆ